ਕਰੈਕਟਡ ਇਫੈਕਟ ਹੋ ਨਹੀਂ ਹੈ ਜਿਸ ਤਰ੍ਹਾਂ ਆਪਾਂ ਸਮਝਦੇ ਆਂ ਕਰੈਕਟਡ ਇਫੈਕਟ ਹੁੰਦਾ ਜਿਵੇਂ ਬਹੁਤ ਜ਼ਿਆਦਾ ਫਿਕਰ ਲਗਾਣਾ ਇਹ ਕਰੈਕਟਡ ਇਫੈਕਟ ਹੈ ਹਰ ਵੇਲੇ ਬਰੀ ਬਰੀ ਕਰਦੇ ਰਹਿਣਾ ਹਰ ਵੇਲੇ ਗੁੱਸੇ ਚ ਰਹਿਣਾ ਗੁੱਸੇ ਦੇ ਨਾਲ ਚੀਜ਼ਾਂ ਬਣਵਾਉਣੀਆਂ ਚੀਜ਼ਾਂ ਬਣਵਾਉਣੀਆਂ ਹਰ ਇੱਕ ਕੋਲੋਂ ਬਣਵਾਣਾ ਇਹ ਵੀ ਇੱਕ ਕਰੈਕਟਡ ਇਫੈਕਟ ਹੈ ਵੀ ਮੇਰੀ ਗੱਲ ਮੰਨੀ ਜਾਣੀ ਚਾਹੀਦੀ ਹੈ ਅਰਬਿਲ ਇਸ ਚੀਜ਼ ਤੇ ਅਪਰ ਟ੍ਰੈਨਿੰਗ ਕੇ ਮੇਰੀ ਗੱਲ ਮੰਨੀ ਜਾਣੀ ਚਾਹੀਦੀ ਹੈ ਜੇ ਗੁੱਸੇ ਨਾਲ ਨਾ ਗੱਲ ਬਣੇ ਤੇ ਉਹ ਹਸਟਿਲਿਟੀ ਤੇ ਆ ਜਾਣਾ ਹੱਥਾਂ ਪੈਰਾਂ ਤੇ ਨੂੰ ਯੂਜ਼ ਕਰਨਾ ਕਿਸੇ ਦੀ ਬੇਇੱਜ਼ਤੀ ਕਰਕੇ ਉਹਨੂੰ ਨੀਵਾ ਦਿਖਾਣਾ ਆਪਣੀ ਇੱਜ਼ਤ ਬਦਾਨ ਵਾਸਤੇ ਆਪਣਾ ਨਾਮ ਬਦਾਨ ਵਾਸਤੇ ਕਿਸੇ ਦੇ ਨੈਗੇਟਿਵ ਚੀਜ਼ਾਂ ਨੂੰ ਫਰੋਲਦੇ ਰਹਿਣਾ ਇਹ ਸਾਰੇ ਕਰੈਕਟਡ ਇਫੈਕਟ ਹੁੰਦੇ ਆ ਮਤਲਬ ਆਪਾਂ ਸੋਚਦੇ ਆ ਨਾ ਕਿ ਇਤਨੀ ਕਰੈਕਟਰਡ ਇਫੈਕਟ ਕਿਉਂ ਹੁੰਦੀ ਹੈ ਕਰੈਕਟਰਡ ਇਫੈਕਟ ਪਛਾਣਨੇ ਪੈਣਗੇ ਥੋੜੇ ਜਿਹਾ ਇਹ ਜਿਹੜਾ ਬਾਹਰ ਪਰ ਅੰਦਰ ਸੋਚਣਾ ਚਲਦੀ ਰਹਿੰਦੀ ਹੈ ਹਰ ਵੇਲੇ ਹਰ ਵੇਲੇ ਇਹ ਕਰੈਕਟਰਡ ਇਫੈਕਟ ਹੈ ਬਰੀ ਕਰੀ ਜਾਣਾ ਹਰ ਵੇਲੇ ਫਿਕਰ ਇਹ ਵੀ ਕਰੈਕਟਰਡ ਇਫੈਕਟ ਹੈ ਹਰ ਵੇਲੇ ਡਰ ਰੱਖਦਾ ਰਹਿਣਾ ਪਤਾ ਨਹੀਂ ਹੋੜ ਅੱਗੇ ਕੀ ਹੋਏਗਾ ਪਤਾ ਨਹੀਂ ਹੁਣ ਕੀ ਹੋਏਗਾ ਪਤਾ ਨਹੀਂ ਇਸ ਤੋਂ ਬਾਅਦ ਕੀ ਹੋਏਗਾ ਪਤਾ ਨਹੀਂ ਇਸ ਤੋਂ ਬਾਅਦ ਕੀ ਹੋਏਗਾ ਇਹ ਇਹ ਕਰੈਕਟਰਡ ਇਫੈਕਟ ਹੈ ਇਹ ਜਿਹੜੇ ਕਰੈਕਟਰਡ ਇਫੈਕਟ ਹੈ ਤਾਂ ਆਉਂਦੇ ਆ ਜਦੋਂ ਸਾਡੇ ਅੰਦਰ ਐਡਿਕਸ਼ਨਸ ਹੁੰਦੀ ਹੈ। ਅੱਲੇ ਐਡਿਕਸ਼ਨ ਜੇ ਪੂਰੀਆਂ ਨਹੀਂ ਵੀ ਆਈਆਂ ਹੁੰਦੀਆਂ ਨਾ ਮਾਈਕਰੋ ਐਡਿਕਸ਼ਨਸ ਹੁੰਦੀਆਂ। ਮਾਈਕਰੋ ਐਡਿਕਸ਼ਨਸ ਦੇ ਵਿੱਚ ਵੀ ਅਕਰੈਕਟਡ ਇਫੈਕਟ ਹੁੰਦੇ ਸਾਡੇ ਚ ਪਰ ਅਸੀਂ ਇਹਨਾਂ ਅਕਰੈਕਟਡ ਇਫੈਕਟਸ ਨੂੰ ਸਮਝਦੇ ਨਹੀਂ ਨਾ ਡਿਫੈਕਟ। ਪਰ ਜਦੋਂ ਅਸੀਂ ਰਿਕਵਰੀ ਚ ਆਨੇ ਆ ਨਾ ਫਿਰ ਇਹ ਨਾ ਚੀਜ਼ਾਂ ਕਰਦੇ ਆ ਕਿ ਆ ਜਿਹੜਾ ਮੈਂ ਫਿਕਰ ਲਾ ਕੇ ਬੈਠਾ ਹਾਂ ਆ ਨਾ ਹਰ ਚੀਜ਼ ਦਾ ਕਿ ਕੀ ਹੋਏਗਾ ਕਿਸ ਤਰ੍ਹਾਂ ਹੋਏਗਾ ਜਾਂ ਨੈਗੇਟਿਵ ਅਪਰੇਜਲ ਹਰ ਚੀਜ਼ ਬਾਰੇ ਨੈਗੇਟਿਵ ਸੋਚਣਾ। ਹਰ ਚੀਜ਼ ਦਾ ਨੈਗੇਟਿਵ ਐਸਪੈਕਟ ਸੋਚਣਾ ਉਹਦੇ ਪੋਜ਼ਿਟਿਵ ਐਸਪੈਕਟ ਪੀ ਆ ਕਿ ਜੇ ਤੁਹਾਡੇ ਨਾਲ ਕੋਈ ਚੀਜ਼ ਹੋ ਰਹੀ ਹੈ ਉਹਦਾ ਕੁਝ ਨਾ ਕੋਈ ਪੋਜ਼ਿਟਿਵ ਐਸਪੈਕਟ ਜ਼ਰੂਰ ਹੋਏਗਾ ਜਿਵੇਂ ਕੱਲ ਕੋਈ ਕਹਿ ਰਹੇ ਸੀਗੇ ਕਿ ਐਕਸਪੀਰੀਅੰਸ ਹੋਇਆ ਸੋ ਮੈਂ ਕੱਲ ਕਹਿ ਰਿਹਾ ਸੀਗਾ ਕਿ ਜਿਹੜਾ ਐਕਸਪੀਰੀਅੰਸ ਹੁੰਦਾ ਨਾ ਉਸ ਤੋਂ ਵਧੀਆ ਟੀਚਰ ਕੋਈ ਨਹੀਂ ਹੁੰਦਾ ਦੁਨੀਆ ਦੇ ਵਿੱਚ ਐਕਸਪੀਰੀਅੰਸ ਤੋਂ ਵੱਡਾ ਜਿਹੜਾ ਤੁਹਾਡੇ ਨਾਲ ਐਕਸਪੀਰੀਅੰਸ ਹੋਇਆ ਜਿਹੜਾ ਨੈਗੇਟਿਵ ਐਕਸਪੀਰੀਅੰਸ ਹੋਇਆ ਮੈਨੂੰ ਅੱਜ ਸੁਣ ਰਹੇ ਸੀਗੇ ਅਸੀਂ ਕਰਨਲ ਸਾਹਿਬ ਨੂੰ ਹਾਂ ਤੇ ਉਹਨਾਂ ਦੀ ਵਾਈਫ ਕਹਿ ਰਹੀ ਸੀ ਕਿ ਸਾਡੇ ਕੋਲ ਪੈਸੇ ਨਹੀਂ ਸੀ ਇਲਾਜ ਕਰਾਉਣ ਵਾਸਤੇ ਸੋ ਵੀ ਵਰ ਇਨ ਅ ਡੈਸਪਰੇਟ ਸਟੇਟ ਕਿ ਪੀ ਐਸ ਇਲਾਜ ਵੀ ਕਰਾਉਣਾ ਸੀਗਾ ਬੰਦਾ ਵੀ ਬਚਾਉਣਾ ਸੀਗਾ ਪਰ ਸਾਡੇ ਕੋਲ ਪੈਸੇ ਵੀ ਕੋਈ ਨਹੀਂ ਸੀ ਇਹ ਉਹਨਾਂ ਦਾ ਇੱਕ ਐਕਸਪੀਰੀਅੰਸ ਹੈਗਾ ਅੱਜ ਵੀ ਉਹ ਉਸੇ ਤਰ੍ਹਾਂ ਹੀ ਚੱਲ ਰਿਹਾ ਹੈ ਹੈਂਡ ਟੂ ਮਾਉਥ ਬਟ ਉਹ ਇੱਕ ਦਿਨ ਦੇ ਵਿੱਚ ਇੱਕ ਦਿਨ ਦਾ ਜਿੰਦੇ ਪਿਆ ਇਹ ਉਹਨਾਂ ਦਾ ਐਕਸਪੀਰੀਅੰਸ ਹੈ ਜੇ ਉਹਨਾਂ ਕੋਲ ਮੈਂ ਉਹਨਾਂ ਨੂੰ ਕਿਹਾ ਕਿ ਜੇ ਤੁਹਾਡੇ ਕੋਲ ਪੈਸਾ ਬਹੁਤ ਹੁੰਦਾ ਨਾ ਤੇ ਸ਼ਾਇਦ ਤੁਹਾਡਾ ਫੇਰਲੀਅ ਰੇਟ ਜ਼ਿਆਦਾ ਹੁੰਦਾ ਜਿਸ ਇਨਸਾਨ ਕੋ ਪੈਸਾ ਜ਼ਿਆਦਾ ਹੈ ਜਿਤ ਕੋ ਪਾਵਰ ਜ਼ਿਆਦਾ ਹੈ ਉਹਦੀ ਰਿਅਲਾਈਜ਼ੇਸ਼ਨ ਆਣੀ ਕਿ ਮੈਂ ਮੇਰੀ ਜ਼ਿੰਦਗੀ ਨਹੀਂ ਠੀਕ ਚੱਲਦੀ ਪਈ ਔਖੀ ਹੈ ਕਿਸੇ ਕੋਲ ਪੈਸਾ ਘੱਟ ਹੋਏ ਕੋਈ ਕੋ ਰਿਸੋਰਸਸ ਘੱਟ ਹੋਣ ਉਹਨੂੰ ਰਿਅਲਾਈਜ਼ੇਸ਼ਨ ਜਲਦੀ ਆ ਜਾਂਦੀ ਹੈ ਇਹ ਇੱਕ ਐਕਸਪੀਰੀਅੰਸ ਹੈ ਸੋ ਜਿਵੇਂ ਮਤਲਬ ਆਮ ਹੀ ਬੈਠੇ ਬੈਠੇ ਕਿਸੇ ਦੀ ਬੇਇੱਜ਼ਤੀ ਕਰ ਦੇਣੀ ਆਮ ਹੀ ਬੈਠੇ ਬੈਠੇ ਕਿਸੇ ਨੂੰ ਨੀਵਾ ਦਿਖਾ ਦੇਣਾ ਮਤਲਬ ਤਰੀਕੇ ਬੜੇ ਹੁੰਦੇ ਆ ਫਿਰ ਤੇਰਾ ਕਿੱਥੋਂ ਤੱਕ ਪਹੁੰਚਿਆ ਕੰਮ ਹੁਣ ਤੁਹਾਨੂੰ ਪਤਾ ਹੈ ਕਿ ਕਿਸੇ ਬੱਚੇ ਦਾ ਕੋਈ ਬੱਚਾ ਸਲੋ ਹੈ ਹਾਂ ਭਈ ਤੇਰੇ ਬੱਚਿਆਂ ਦਾ ਪੜ੍ਹਾਈ ਦਾ ਕੀ ਬਣਿਆ ਤੇ ਰਿਜ਼ਲਟ ਆਇਆ ਕਿ ਨਹੀਂ ਆਇਆ ਜੀ ਉਹਨੇ ਦੱਸਣਾ ਹੋਏਗਾ ਆਪੇ ਦੱਸੇਗਾ ਅੱਛਾ ਫਿਰ ਇਹ ਤੇਰੀ ਜ਼ਿੰਦਗੀ ਚ ਬਣਿਆ ਕਿ ਨਹੀਂ ਤੇਰੀ ਤਰੀਕੇ ਕਿਵੇਂ ਚੱਦੀ ਹੈ ਵਿੱਚੋਂ ਪਤਾ ਤੁਹਾਨੂੰ ਕਿ ਉਹਦੀ ਨੌਕਰੀ ਨਹੀਂ ਠੀਕ ਚੱਲ ਰਹੀ ਉਹ ਸਟਰਗਲ ਚ ਕਰ ਰਿਹਾ ਹੈ ਇਹ ਦਿਲ ਹਜ਼ਾਰੀਆਂ ਕਰਨੀਆਂ ਲੋਕਾਂ ਦੇ ਦਿਲ ਤੋੜਨੇ ਹਰ ਵੇਲੇ ਉਸ ਪੁਆਇੰਟ ਤੇ ਲਿਆਉਣਾ ਜਿੱਥੇ ਕਿ ਅਗਲੇ ਦਾ ਤੁਹਾਨੂੰ ਪਤਾ ਦਿਲ ਦੁਖਦਾ ਹੈਗਾ ਇਹਨੂੰ ਕਹਿੰਦੇ ਕੈਰੈਕਟਰ ਡਿਫੈਕਟਸ ਇਹੀ ਜਿਹੜੇ ਕੈਰੈਕਟਰ ਡਿਫੈਕਟ ਹੈ ਨਾ ਇਹ ਫਿਰ ਐਡਿਕਟਿਵ ਬਿਹੇਵੀਅਰ ਦੇ ਨਾਲ ਜੁੜ ਜਾਂਦੇ ਜਦੋਂ ਆਡਿਕਸ਼ਨ ਆਂਦੀ ਹੈ ਨਾ ਫਿਰ ਇਹ ਸਾਰੇ ਕੈਰੈਕਟਰ ਡਿਫੈਕਟ ਜਿਹੜੇ ਆ 100 ਟਾਈਮਸ ਵੱਧ ਜਾਂਦੇ ਇੱਕ ਹੰਦਰ ਨਾਰਮਲ ਬੰਦਾ ਸਰਸਰੀ ਗੱਲ ਕਰਦਾ ਅੱਛਾ ਫਿਰ ਇਹ ਸੋਚਣਾ ਕਿ ਕਿਸੇ ਦਾ ਨੁਕਸਾਨ ਹੋ ਜੇ ਫਿਰ ਇਹ ਸੋਚਣਾ ਕਿ ਵੀ ਮੇਰਾ ਫਾਇਦਾ ਤਾਂ ਹੀ ਹੈ ਜੇ ਕਿਸੇ ਦਾ ਨੁਕਸਾਨ ਹੋਵੇ ਮੈਨੂੰ ਖੁਸ਼ੀ ਉਸਦੇ ਨਹੀਂ ਮਿਲਦੀ ਹੈ ਜਦੋਂ ਕਿਸੇ ਦੇ ਘਰ ਕੋਈ ਬਰਬਾਦੀ ਹੋਏ ਇਹ ਹਨ ਕੈਰੈਕਟਰ ਡਿਫੈਕਟ ਲੋਕਾਂ ਨਾਲ ਐਵੇਂ ਜੈਲਸੀ ਪਾਈ ਰੱਖਣੀ ਜੇ ਇਹ ਲੰਘ ਗਿਆ ਅੱਗੇ ਤੇ ਫਿਰ ਕੀ ਬਣੂਗਾ ਮੈਂ ਇਹਨੂੰ ਢਾਵਾ ਮੈਂ ਇਹਨੂੰ ਪਿੱਛੇ ਕਰਕੇ ਆਪ ਅੱਗੇ ਲੰਗਾ ਮੇਰੀ ਹਰ ਜਗ੍ਹਾ ਤੇ ਗੱਲਬਾਤ ਹੋਏ ਮੇਰੀ ਚੜਤ ਹੋਏ ਮੇਰੇ ਤੇ ਹੀ ਨਜ਼ਰ ਹੋਏ ਹਮੇਸ਼ਾ ਮੈਂ ਹੀ ਗੱਲ ਉਹ ਕਰਾਂ ਜਿਹੜੀ ਸਭ ਤੋਂ ਸਿਆਣੀ ਲੱਗੇ ਜੀ ਦੱਸੋ ਕਿੰਨਾ ਮਤਲਬ ਇਹ ਸਾਰੇ ਕੈਰੈਕਟਰ ਇਫੈਕਟ ਹੈ